ਸ਼ਕਰਗੜ੍ਹ ਰੋਡ ਤੇ ਚੱਲਦਾ, ਉਹਦਾ ਨਾਂ ਕੋਈ ਵਾਹਵਾ ਸ਼ਾਫਟਾਂ, ਕਿੰਨੀਆਂ ਸ਼ਾਫਟਾਂ ਹਨ, ਚਾਰ ਸ਼ਾਫਟਾਂ ਅਸ਼ਫਾਕ, ਉਹਦਾ ਨਾਂ ਚਾਰ ਸ਼ਾਫਟਾਂ ਅਸ਼ਫਾਕ। ਉਹਨੇ ਅਸਲਾਮ ਵਾਲੇਕੁਮ ਜੀ, ਮੈਂ ਉਮੀਦ ਕਰਨਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ, ਅੱਲਾ ਪਾਕ ਸਾਰਿਆਂ ਦੀ ਖੈਰ ਕਰੇ। ਅਤੇ ਦੋਸਤੋ, ਮੇਰੇ ਜਿਹੜੇ ਡਰਾਈਵਰ ਭਰਾ ਨੇ ਖਵਾ, ਉਹ ਜਿਹੜੀ ਵੀ ਗੱਡੀ ਚਲਾਉਂਦੇ ਨੇ ਉਹਨਾਂ ਵਾਸਤੇ ਇੱਕ ਸਮਝ ਲਓ ਕਿ ਇੱਕ ਰਿਕੁਐਸਟ ਦੇ ਤੌਰ 'ਤੇ ਮੇਰਾ ਇਹ ਪੈਗਾਮ ਹੈ, ਤਰਲਾ ਸਮਝ ਲਓ। ਅਤੇ ਯਾਰ, ਜ਼ਿੰਦਗੀ ਦੇ ਵਿੱਚ ਗੱਡੀ ਚਲਾਉਂਦਿਆਂ ਚੰਗੀਆਂ ਮਾੜੀਆਂ ਗੱਡੀਆਂ ਆਉਂਦੀਆਂ ਰਹਿੰਦੀਆਂ ਨੇ, ਤਗੜੀਆਂ ਮਾੜੀਆਂ ਗੱਡੀਆਂ ਆਉਂਦੀਆਂ ਰਹਿੰਦੀਆਂ ਨੇ। ਅਤੇ ਬਿਲਾ ਵਜ੍ਹਾ ਕਿਸੇ ਨੂੰ ਤੰਗ ਕਰਨ ਤੋਂ ਪਹਿਲੇ ਇਹ ਸੋਚ ਲਓ ਕਿ ਅਗਲਾ ਬੰਦਾ ਵੀ ਤੁਹਾਡੇ ਖਿਲਾਫ਼ ਬੋਲ ਸਕਦਾ, ਕਿਸੇ ਤਰ੍ਹਾਂ ਵੀ ਬੋਲ ਸਕਦਾ। ਅਤੇ ਇਸ ਵਾਸਤੇ ਮੇਰਾ ਵੀਰੋ, ਕਿ ਤੁਹਾਡੇ ਕੋਲ ਤਗੜੀ ਗੱਡੀ ਹੋਏ, ਤੁਸੀਂ ਮਾੜੇ ਨੂੰ ਤੰਗ ਨਾ ਕਰੋ। ਇਹ ਮਾੜੇ ਵਾਸਤੇ ਵੀ ਗੱਲ ਹੈ ਕਿ ਕੋਈ ਗੱਲ ਨਹੀਂ ਯਾਰ, ਅਗਰ ਤੁਹਾਡੇ ਕੋਲ ਆਉਣ ਵਾਲੇ ਟਾਈਮ 'ਚ ਕੋਈ ਤਗੜੀ ਗੱਡੀ ਹੈ, ਤੁਸੀਂ ਦੂਸਰੇ ਨੂੰ ਨਾ ਤੰਗ ਕਰੋਗੇ। ਇੱਕ ਕੰਮ ਦਾ ਹਿੱਸਾ ਪਤਾਓ ਚੜਾਓ ਆਉਂਦੇ ਰਹਿੰਦੇ ਨੇ। ਸਾਡਾ ਇੱਕ ਡਰਾਈਵਰ, ਯਾਨੀ ਕਿ ਮਹਿਕਮੇ ਦਾ ਬੰਦਾ ਸਾਡਾ, ਉਹ ਕਿੱਥੇ ਹੋਇਆ, ਸਾਡਾ ਤਾਂ ਇਹੋ ਜਿਹੇ ਬੰਦੇ ਨਾਲ ਸਲਾਮ ਦੁਆ ਲੈਣ ਨੂੰ ਨਹੀਂ ਦਿਲ ਕਰਦਾ ਜਿਹੜਾ ਬਦਤਮੀਜ਼ ਹੋਏ। ਉਹ ਸ਼ਕਰਗੜ੍ਹ ਰੋਡ 'ਤੇ ਚੱਲਦਾ, ਉਹਦਾ ਨਾਂ ਕੋਈ ਵਾਹਵਾ ਸ਼ਾਫਟਾਂ, ਕਿੰਨੀਆਂ ਸ਼ਾਫਟਾਂ ਹਨ, ਚਾਰ ਸ਼ਾਫਟਾਂ ਅਸ਼ਫਾਕ, ਉਹਦਾ ਨਾਂ ਚਾਰ ਸ਼ਾਫਟਾਂ ਅਸ਼ਫਾਕ। ਉਹਨੇ ਉਹ ਸਾਡੇ ਵੀਰ ਭਰਾ ਨੇ, ਸਾਡੀ ਇੰਝ ਗੱਲ ਮੰਨਦੇ ਜਿਵੇਂ ਸਕੇ ਭਰਾਵਾਂ ਦੀ ਗੱਲ, ਜਿਨ੍ਹਾਂ ਦੀ ਗੱਡੀ ਚਲਾ ਰਿਹਾ 67-69 ਗੱਡੀ, ਉਹ ਇੰਨੇ ਅੱਛੇ ਖੁਸ਼ ਅਖਲਾਕ ਮਾਲਕ ਨੇ, ਅੱਲਾ ਪਾਕ ਉਹਨਾਂ ਨੂੰ ਹੋਰ ਦੇਵੇ ਗੱਡੀਆਂ। ਅਤੇ ਇਹ ਸ਼ਾਫਟਾਂ ਕਿੰਨੀਆਂ ਹਨ, ਚਾਰ ਸ਼ਾਫਟੇ ਵਾਲੇ ਨੇ ਗੱਲ ਕੀਤੀ ਜੀ, ਇਹਨੇ ਗਾਲੀ ਗਲੋਚ ਕੀਤੀ ਮੇਰੀ ਗੱਡੀ ਕ੍ਰਾਸ ਕਰਦਿਆਂ 27-77, ਅਤੇ ਮੈਨੂੰ ਪਤਾ ਹੁੰਦਾ 27-77 ਇੰਝ ਵੀਡੀਓ ਬਣਾ ਰਹੇ ਨੇ ਜਾਂ ਕ੍ਰਾਸਿੰਗ ਇਹਨਾਂ ਨੇ ਬਕਵਾਸ ਕੀਤੀ, ਅਤੇ ਪਿੱਛੋਂ ਦੀ ਵੜ ਕੇ ਅੱਗੋਂ ਦੀ ਨਿਕਲ ਜਾਂਦਾ ਤੇਰੇ, ਮੈਂ ਤੇਰੀ ਮਾਂ, ਤੇਰੀ ਭੈਣ, ਤੇਰੀ ਧੀ ਸਾਰੀ ਪੁਣ ਸਕਣਾ, ਲੇਕਿਨ ਅਸੀਂ ਇਹਤਰਾਮ ਕਰਨੇ ਹਾਂ ਸਾਰਿਆਂ ਦਾ। ਉਸ ਦਿਨ ਤੈਨੂੰ ਮੈਂ ਰੋਕਿਆ ਸ਼ੂਗਰ ਮੋੜ, ਲੇਕਿਨ ਮੈਨੂੰ ਵੀਡੀਓ ਦਾ ਪੂਰਾ ਪਤਾ ਨਹੀਂ ਸੀ, ਨਾ ਮੈਂ ਵੀਡੀਓ ਵੇਖੀ ਸੀ। ਮੈਨੂੰ ਸਿਰਫ ਇੰਨਾ ਪਤਾ ਸੀ ਕਿ ਤੂੰ ਵੀਡੀਓ 'ਚ ਬਕਵਾਸ ਕੀਤੀ, ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਤੂੰ ਬਕਵਾਸ ਕੀਤੀ। ਮੈਨੂੰ ਪਤਾ ਹੁੰਦਾ ਗਾਲਾਂ ਦਾ ਤੇਰਾ ਨੱਕ ਮੂੰਹ ਇੱਕ ਕਰ ਦਿੰਦਾ, ਉਸ ਤੋਂ ਬਾਅਦ ਜੋ ਵੀ ਹੁੰਦਾ ਵੇਖੀ ਦੇਖੀ ਜਾਂਦੀ। ਅਤੇ ਬਕਵਾਸ ਕਰਨ ਤੋਂ ਪਹਿਲੇ ਇਹ ਵੇਖ ਲਿਆ ਕਰੋ ਕਿ ਅਗਲਾ ਬੰਦਾ ਘਸੂਨਾ ਨਾਲ ਵੀ ਮਿਲ ਸਕਦਾ ਅਤੇ ਗੱਡੀ ਨਾਲ ਵੀ ਮਿਲ ਸਕਦਾ। ਤੇਰੀ ਗੱਡੀ ਦੀ ਵੀਡੀਓ ਬਣਾਈ ਫਿਰ ਉਸ ਤੋਂ ਬਾਅਦ ਮੈਂ, ਲੇਕਿਨ ਗੱਲ ਦਾ ਮੈਨੂੰ ਫਿਰ ਵੀ ਨਹੀਂ ਪਤਾ, ਫਿਰ ਕਿਸੇ ਹੋਰ ਤਰ੍ਹਾਂ ਬਣਾਉਣੀ ਸੀ ਵੀਡੀਓ। ਮੈਂ ਇੱਕ ਵੀਡੀਓ ਮੈਂ ਬਣਾਈ ਹੈ, ਔਰ ਹੁਣ ਤੂੰ ਅੱਗੋਂ ਵੀਡੀਓ ਬਣਾ, ਤੇਰਾ ਇਲਾਜ ਫਿਰ ਵੀਡੀਓ ਨਾਲ ਕਰਾਂਗਾ, ਦੂਸਰੀ ਤਰ੍ਹਾਂ ਕਰਨਾ ਪਿਆ ਤਾਂ ਫਿਰ ਵੀ ਕਰ ਲਵਾਂਗਾ।